ਥਾਣਾ ਸਿਟੀ ਪੁਲਿਸ ਕਪੂਰਥਲਾ ਨੇ ਬੀਤੇ 5 ਫਰਵਰੀ ਨੂੰ ਹੋਏ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਨੇਪਾਲੀ ਮੂਲ ਦੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਪਾਸੋਂ ਕਤਲ ਲਈ ਵਰਤੀ ਗਈ ਲੋਹੇ ਦੀ ਰਾੜ ਵੀ ਬਰਾਮਦ ਕੀਤੀ ਗਈ। ਜਾਣਕਾਰੀ ਦਿੰਦਿਆਂ DSP ਸਿਟੀ ਸਰਬਜੀਤ ਸਿੰਘ ਅਤੇ SHO ਸਿਟੀ ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਕਤਲ ਕਰਨ ਵਾਲਿਆਂ ਅਤੇ ਮਾਰਿਆ ਗਿਆ ਵਿਅਕਤੀ ਸਾਰੇ ਨੇਪਾਲੀ ਮੂਲ ਦੇ ਹਨ ਅਤੇ ਆਪਸ ਵਿੱਚ ਰਿਸ਼ਤੇਦਾਰ ਹਨ। ਸਾਨੂੰ 5/2019 ਨੂੰ ਸਿਵਲ ਹੋਸਪਿਟਲ ਤੋਂ ਇਨਫੋਰਮੇਸ਼ਨ ਆਈ ਸੀ ਵੀ ਇੱਕ ਇੰਜਰਡ ਬੰਦਾ ਹੈਗਾ ਜਿਹੜਾ ਕਾਫੀ ਸੀਰੀਅਸ ਇੰਜਰੀਜ਼ ਹੈਗੀਆਂ, ਉਹਦੇ ਸੰਬੰਧੀ ਚੈੱਟ ਆਈ ਸੀ। ਮੌਕੇ 'ਤੇ ਜਾ ਕੇ ਦੇਖਿਆ ਅਤੇ ਉਹ ਜਿਹੜੀਆਂ ਸੱਟਾਂ ਸੀਗੀਆਂ ਲੜਾਈ ਝਗੜੇ ਦੀਆਂ ਸੱਟਾਂ ਸੀਗੀਆਂ, ਪਰ ਇਹ ਬੰਦਾ ਕੁਛ ਵੀ ਬੋਲਚਾਲ ਦਾ ਨਹੀਂ ਸੀਗਾ। ਔਰ ਦੈਨ ਫਿਰ 108 ਵਾਲਿਆਂ ਨਾਲ ਤਾਲਮੇਲ ਕਰਕੇ ਅਸੀਂ ਵੀ ਕਿੱਥੇ ਉਹ ਲੈ ਕੇ ਆਉਂਦਾ ਸੀ ਉਹਦੇ ਨਾਲ ਫਿਰ ਅਸੀਂ ਮੌਕੇ 'ਤੇ ਪਹੁੰਚੇ ਸੀਗੇ। ਔਰ ਇਹਦਾ ਆਇਡੈਂਟੀਫਾਈ ਹੋਇਆ ਰਜਿੰਦਰ ਰਾਜੂ ਨਾਂ ਦਾ ਬੰਦਾ ਸੀਗਾ ਇਹ। ਔਰ ਦੈਨ ਜਦੋਂ ਇਹਦੀ ਇਨਵੈਸਟੀਗੇਸ਼ਨ ਕੀਤੀ, ਇਹਦੇ ਨਾਲ ਦੇ ਹੀ ਸਾਥੀ ਸੀਗੇ ਰੂਪਕ ਸਿੰਘ ਅਤੇ ਕੈਲੀਆ ਨਾਂ ਦਾ ਆਇਆ, ਜਿਹੜਾ ਕਿ ਇਹ ਰਾਜੂ ਐਂਡ ਕੈਲੀਆ ਦੋਨੋਂ ਚਾਚਾ ਭਤੀਜਾ ਹੈਗੇ। ਔਰ ਡਰਿੰਕ ਕਰਦੇ ਸਮੇਂ ਇਹਨਾਂ ਦੀ ਝਗੜਾ ਹੋ ਗਿਆ ਔਰ ਰੂਪਕ ਐਂਡ ਕੈਲੀ ਨੇ ਇਹਨੂੰ ਆਪਣੇ ਵੈਪਨਸ ਜਿਹੜੇ ਸੀਗੇ ਰੋਡ ਸੀਗੀਆਂ, ਕੋਈ ਤਿੱਖੀ ਰੋਡ ਵਰਗੀ ਚੀਜ਼ ਆ ਉਹ ਵੀ ਜੋ ਦੱਸਦੇ ਆ ਇਹ, ਉਹ ਹਾਲੇ ਅਸੀਂ ਬਰਾਮਦ ਕਰਨੀ ਆ। ਔਰ ਉਹ ਇਹਦੇ ਸਿਰ 'ਚ ਮਾਰ ਕੇ ਇਹਨੂੰ ਇੰਜਰ ਕਰਕੇ ਉੱਥੇ ਸਿੱਟ ਦਿੱਤਾ ਸੀ ਅਰਬਨ ਸਟੇਟ ਕਪੂਰਥਲਾ ਦੇ ਜਿਹੜਾ ਪਾਰਕ ਹੈਗਾ ਉਹਦੇ 'ਚ। ਇਹਦੇ ਵਿੱਚ ਕਾਰਨ ਕੀ ਸਾਹਮਣੇ ਆਇਆ ਜੀ ਔਰ ਲੀਡ ਕਿੱਥੋਂ ਕਨਵਰਟ ਹੋਈ ਮੇਨ ਲੀਡ? ਜਿਹੜੀ ਮੇਨ ਲੀਡ ਸੀਗੀ ਸਾਨੂੰ ਸਰਚ ਦੌਰਾਨ ਉੱਥੇ ਇੱਕ ਸਲਿੱਪ ਮਿਲੀ ਸੀਗੀ ਜਦੋਂ ਅਸੀਂ ਏਰੀਏ ਦੀ ਸਰਚ ਕੀਤੀ, ਉਹਦੇ ਵਿੱਚੋਂ ਮਨੀ ਟ੍ਰਾਂਸਫਰ ਹੋਈ ਸੀ, ਉਹਦੇ ਸਾਨੂੰ ਮੋਬਾਈਲ ਨੰਬਰ ਮਿਲਿਆ। ਉਸ ਮੋਬਾਈਲ ਤੋਂ ਹੀ ਅੱਗੇ ਸਾਨੂੰ ਬਾਕੀ ਦੀਆਂ ਲੀਡਸ ਮਿਲੀਆਂ ਔਰ ਉੱਥੋਂ ਹੀ ਅਸੀਂ ਇਹ ਸਾਰਾ ਮੈਟਰ ਕਰੈਕ ਕੀਤਾ ਸੀ। ਕਾਰਨ ਜਿਹੜਾ ਸੀਗਾ, ਜਿਹੜਾ ਰਾਜੂ ਹੈ ਦਿੱਲੀ ਪਹਿਲਾਂ ਕੰਮ ਕਰਦਾ ਸੀਗਾ ਔਰ ਦਿੱਲੀ ਤੋਂ ਕੈਲੀਏ ਨੇ ਹੀ ਸੱਦਿਆ ਇੱਥੇ ਵੀ ਤੈਨੂੰ ਇੱਥੇ ਵਧੀਆ ਜੋਬ ਦਵਾ ਦਾਂਗਾ, ਪਰੰਤੂ ਇਹਨੇ ਕਿਤੇ ਇੱਥੇ ਜੋਬ ਨਹੀਂ ਦਵਾਈ। ਉਸ ਰੰਜਿਸ਼ ਕਰਕੇ ਇਹਨਾਂ ਦਾ ਆਪਸੀ ਪਰਿਵਾਰਕ ਵੀ ਝਗੜਾ ਸੀ, ਕਿਉਂਕਿ ਇੱਕੋ ਰੂਮ 'ਚ ਵਿੱਚ ਫੈਮਿਲੀ ਦੋਨੋਂ ਪਰਿਵਾਰ ਰਹਿ ਰਹੇ ਸੀਗੇ। ਔਰ ਫਰਦਰ ਜਿਹੜੀ ਆ ਅਸੀਂ ਹਲੇ ਪੁੱਛਗਿੱਛ ਕਰ ਰਹੇ ਹਾਂ ਇੰਟੈਰੋਗੇਸ਼ਨ ਵੀ ਮੇਨ ਇਹਨਾਂ ਦਾ ਰੀਜ਼ਨ ਝਗੜੇ ਦਾ ਕੀ ਹੋਇਆ ਸੀ। ਕੀ ਰਿਕਵਰੀ ਹੋਈ ਸਰ? ਇਹਨਾਂ ਕੋਲ ਜਿਹੜੇ ਰੋਡ ਸੀਗੇ, ਇੱਕ ਰੋਡ 'ਤੇ ਇੱਕ ਪੇਚਕਸ ਸੀ ਵੱਡਾ, ਉਹ ਤਾਂ ਸਾਨੂੰ ਉਸ ਦਿਨ ਸਰਚ ਤੋਂ ਮਿਲਿਆ। ਜਿਹੜਾ ਵੈਪਨਸ ਨਾਲ ਇਹਨਾਂ ਨੇ ਕੀਤਾ ਉਹ ਵੀ ਦੱਸ ਰਿਹਾ ਵੀ ਉਹ ਵੀ ਰੋਡ ਟਾਈਪ ਹੀ ਸੀਗਾ ਪਰ ਮੋਰਿਓ ਤਿੱਖਾ ਸੀਗਾ। ਇਸ ਘਟਨਾ ਤੋਂ ਬਾਅਦ ਕੀ ਲੋਕਾਂ ਨੂੰ ਮੈਸੇਜ ਦਿੰਦੇ ਹੋ ਕਿ ਜਿਹੜੇ ਨੌਕਰ ਨੇ ਉਹਨਾਂ ਦੀ ਰਜਿਸਟ੍ਰੇਸ਼ਨ ਜ਼ਰੂਰ ਕਰਵਾਉਣ? ਔਰ ਮੇਰੀ ਘਟਨਾ ਤੋਂ ਪਹਿਲਾਂ ਵੀ ਮਾਨਯੋਗ DC ਸਾਹਿਬ ਵੱਲੋਂ ਨਿਊਜ਼ ਪੇਪਰਾਂ ਵਿੱਚ ਵੀ ਬਹੁਤ ਵਾਰੀ ਅਸੀਂ ਦੇ ਚੁੱਕੇ ਹਾਂ ਔਰ SSP ਸਾਹਿਬ ਵੱਲੋਂ ਵੀ ਬੇਨਤੀ ਕਰ ਚੁੱਕੇ ਹਾਂ ਕਿ ਕੋਈ ਵੀ ਸਰਵੈਂਟ ਰੱਖਦੇ ਹਾਂ ਜਾਂ ਕਿਰਾਏਦਾਰ ਰੱਖਦੇ ਹਾਂ ਉਹਦੀ ਰਜਿਸਟ੍ਰੇਸ਼ਨ ਜ਼ਰੂਰ ਕਰਾਓ ਜਿਹਦੇ ਨਾਲ, ਔਰ ਜੇ ਕੋਈ ਉਹਦਾ ਬੈਡ ਕਰੈਕਟਰ ਦਾ ਬੰਦਾ ਉਹ ਇਮੀਡੀਏਟਲੀ ਸਾਨੂੰ ਅੱਜ ਕੱਲ੍ਹ ਔਨਲਾਈਨ ਪਤਾ ਲੱਗ ਜਾਂਦਾ ਔਰ ਕੋਈ ਇਹਦੇ 'ਤੇ ਖਰਚਾ ਵੀ ਨਹੀਂ ਹੈਗਾ। ਮੇਰੀ ਬੇਨਤੀ ਹੈ ਵੀ ਕੋਈ ਵੀ ਤੁਸੀਂ ਸਰਵੈਂਟ ਰੱਖਣਾ ਆ ਜਾਂ ਕਿਰਾਏਦਾਰ ਰੱਖਣਾ ਕੋਈ, ਉਹਦੀ ਜ਼ਰੂਰ ਵੈਰੀਫਿਕੇਸ਼ਨ ਕਰਾਓ। ਜਿਸ ਤਰ੍ਹਾਂ ਨੇਪਾਲੀ ਸੀਗੇ, ਨੇਪਾਲੀ ਲੋਕਾਂ ਨੂੰ ਲੈ ਕੇ ਕੋਈ ਖਾਸ ਅਵੇਅਰਨੈਸ, ਕਿਉਂਕਿ ਨੇਪਾਲੀ ਲੋਕ ਬਹੁਤ ਸਾਰੇ ਕ੍ਰਾਈਮ 'ਚ ਇਨਵੋਲਵ ਹੋ ਰਹੇ? ਮੇਰੀ ਇਹੀ ਬੇਨਤੀ ਹੈ ਜੀ ਸਾਰਿਆਂ ਨੂੰ, ਔਰ ਅਸੀਂ ਈਵਨ ਕਿ ਥਰੂ ਹੋਮ ਅਫੇਅਰ ਤੋਂ ਵੀ ਅਸੀਂ ਇਹਨਾਂ ਦਾ ਉੱਥੋਂ ਕਰੈਕਟਰ ਚੈੱਕ ਕਰਾ ਸਕਦੇ ਹਾਂ। ਖਾਸ ਕਰਕੇ ਜਦੋਂ ਕੋਈ ਵੀ ਬਾਹਰਲਾ ਬੰਦਾ ਨੇਪਾਲੀ ਰੱਖਣਾ, ਉਹਦੀ ਵੈਰੀਫਿਕੇਸ਼ਨ ਜ਼ਰੂਰ ਕਰਾਓ ਔਰ ਵੈਰੀਫਿਕੇਸ਼ਨ ਤੋਂ ਬਿਨਾਂ ਕੋਈ ਵੀ ਨੌਕਰ ਨੂੰ ਨਾ ਰੱਖੋ।